ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਗੱਡੀਆਂ ਦਾ ਕਾਫਲਾ ਸੀਐਮ ਦਾ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋਇਆ। ਦਰਅਸਲ ਇੱਕ ਸਕੂਟੀ ਵਾਲੀ ਮਹਿਲਾ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ, ਅੱਗੇ ਇੱਕ ਸਕੂਟੀ ਹੈ ਔਰ ਉਸਦੇ ਪਿੱਛੇ ਸੀਐਮ ਦਾ ਕਾਫਲਾ ਆ ਰਿਹਾ ਤਾਂ ਸਕੂਟੀ ਸਵਾਰ ਮਹਿਲਾ ਨੇ ਇੰਡੀਕੇਟਰ ਦਿੱਤਾ ਔਰ ਇੱਕਦਮ ਮੋੜ ਕੱਟ ਦਿੱਤਾ। ਫਿਰ ਕੀ ਸੀ, ਉਸਦੇ ਪਿੱਛੇ ਆ ਰਹੀ ਇੱਕ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਔਰ ਪਿੱਛੇ ਆ ਰਹੀਆਂ ਕਰੀਬ 5 ਗੱਡੀਆਂ ਸਣੇ ਐਂਬੂਲੈਂਸ ਉਹਨਾਂ ਨੇ ਵੀ ਬ੍ਰੇਕਾਂ ਮਾਰ ਦਿੱਤੀਆਂ ਜਿਸ ਕਾਰਨ ਇੱਕ ਦੂਜੇ ਦੇ ਵਿੱਚ ਠੁੱਕ ਗਈਆਂ। ਗਣੀਮਤ ਰਹੀ ਕਿ ਇੱਥੇ ਵੱਡਾ ਨੁਕਸਾਨ ਹੋਣੋਂ ਟਲ ਗਿਆ। ਕਾਫਲੇ ਦੇ ਵਿੱਚ ਮੌਜੂਦ ਗੱਡੀਆਂ ਇੱਕ ਦੂਜੀ ਦੇ ਵਿੱਚ ਵੱਜੀਆਂ। ਇਸ ਕਾਫਲੇ ਦੀ ਇੱਕ ਗੱਡੀ ਦੇ ਵਿੱਚ ਸੀਐਮ ਬੈਠੇ ਹੋਏ ਸੀ। ਦੱਸ ਦਈਏ ਕਿ ਕੇਰਲ ਦੇ ਸੀਐਮ ਪਿਨਰਾਈ ਵਿਜਨ ਦਾ ਕਾਫਲਾ ਸੀ ਜੋ ਕਿ ਹਾਦਸਾ ਗ੍ਰਸਤ ਹੋਇਆ। ਇਹ ਘਟਨਾ ਉਦੋਂ ਹੋਈ ਜਦੋਂ ਸੜਕ ਤੇ ਕਾਫਲੇ ਮੂਹਰੇ ਇੱਕ ਮਹਿਲਾ ਆ ਗਈ। ਉਸਨੇ ਇੰਡੀਕੇਟਰ ਦਿੱਤਾ ਤੇ ਸਕੂਟੀ ਮੋੜ ਦਿੱਤੀ। ਕਾਫਲੇ ਦੇ ਸਭ ਤੋਂ ਅੱਗੇ ਜਾ ਰਹੀ ਗੱਡੀ ਨੇ ਅਚਾਨਕ ਬ੍ਰੇਕ ਮਾਰੀ, ਫਿਰ ਪਿੱਛੋਂ ਆ ਰਹੀਆਂ ਗੱਡੀਆਂ ਇੱਕ ਦੂਜੀ ਦੇ ਵਿੱਚ ਵੱਜੀਆਂ। ਟ੍ਰੈਫਿਕ ਦੇ ਚੱਲਦੇ ਰਫਤਾਰ ਕਾਫੀ ਹੌਲੀ ਸੀ ਜਿਸ ਕਾਰਨ ਮਾਮੂਲੀ ਨੁਕਸਾਨੀਆਂ ਗਈਆਂ ਨੇ। ਸਿਕਿਉਰਿਟੀ ਦੇ ਮੁਲਾਜ਼ਮ ਇੱਕਦਮ ਬਾਹਰ ਉਤਰੇ ਜਿਨ੍ਹਾਂ ਨੇ ਫਟਾਫਟ ਸੀਐਮ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ ਗੱਡੀਆਂ ਅੱਗੇ ਤੋਰ ਦਿੱਤੀਆਂ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੀਐਮ ਦੇ ਕਾਫਲੇ ਦਾ ਐਕਸੀਡੈਂਟ ਹੋਇਆ। ਇੱਕ ਦੂਜੇ ਦੇ ਵਿੱਚ ਠੁੱਕੀਆਂ ਨੇ। ਸਭ ਤੋਂ ਪਿੱਛੇ ਐਂਬੂਲੈਂਸ ਸੀ, ਉਹ ਵੀ ਅਗਲੀ ਗੱਡੀ ਦੇ ਵਿੱਚ ਟਕਰਾ ਗਈ। ਫਿਲਹਾਲ ਪੁਲਿਸ ਦੇ ਵੱਲੋਂ ਮਹਿਲਾ ਦੀ ਤਲਾਸ਼ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਪਰਚਾ ਵੀ ਦਰਜ ਕੀਤਾ ਗਿਆ। ਕੇਰਲ ਦੇ ਸੀਐਮ ਨੇ ਜਿਨ੍ਹਾਂ ਦਾ ਇਹ ਕਾਫਲਾ ਸੀ ਜੋ ਕਿ ਹਾਦਸਾ ਗ੍ਰਸਤ ਹੋਇਆ ਔਰ ਇੱਕ ਦੂਜੇ ਦੇ ਵਿੱਚ ਇਹ ਗੱਡੀਆਂ ਵੱਜੀਆਂ ਨੇ, ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਵੱਡੇ ਨੁਕਸਾਨ ਤੋਂ ਬਚਾ ਰਿਹਾ। ਸਿਕਿਉਰਿਟੀ ਦੇ ਮੁਲਾਜ਼ਮ ਇੱਕਦਮ ਬਾਹਰ ਉਤਰੇ ਜੋ ਸੀਐਮ ਦੀ ਗੱਡੀ ਦੇ ਕੋਲ ਚਲੇ ਗਏ ਔਰ ਉਹਨਾਂ ਦੀ ਗੱਡੀ ਨੂੰ ਅੱਗੇ ਤੋਰ ਦਿੱਤਾ। ਗਣੀਮਤ ਰਹੀ ਕਿ ਵੱਡਾ ਨੁਕਸਾਨ ਹੋਣੋਂ ਟਲ ਗਿਆ। ਮਹਿਲਾ ਨੇ ਇੱਕਦਮ ਸਕੂਟੀ ਮੋੜੀ ਜਿਸ ਦੀ ਵਜ੍ਹਾ ਦੇ ਕਰਕੇ ਸੀਐਮ ਦੇ ਕਾਫਲੇ ਦੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਭਿੜ ਗਈਆਂ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਗੱਡੀਆਂ ਦਾ ਕਾਫਲਾ ਸੀਐਮ ਦਾ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋਇਆ। ਦਰਅਸਲ ਇੱਕ ਸਕੂਟੀ ਵਾਲੀ ਮਹਿਲਾ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ, ਅੱਗੇ ਇੱਕ ਸਕੂਟੀ ਹੈ ਔਰ ਉਸਦੇ ਪਿੱਛੇ ਸੀਐਮ ਦਾ ਕਾਫਲਾ ਆ ਰਿਹਾ ਤਾਂ ਸਕੂਟੀ ਸਵਾਰ ਮਹਿਲਾ ਨੇ ਇੰਡੀਕੇਟਰ ਦਿੱਤਾ ਔਰ ਇੱਕਦਮ ਮੋੜ ਕੱਟ ਦਿੱਤਾ। ਫਿਰ ਕੀ ਸੀ, ਉਸਦੇ ਪਿੱਛੇ ਆ ਰਹੀ ਇੱਕ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਔਰ ਪਿੱਛੇ ਆ ਰਹੀਆਂ ਕਰੀਬ 5 ਗੱਡੀਆਂ ਸਣੇ ਐਂਬੂਲੈਂਸ ਉਹਨਾਂ ਨੇ ਵੀ ਬ੍ਰੇਕਾਂ ਮਾਰ ਦਿੱਤੀਆਂ ਜਿਸ ਕਾਰਨ ਇੱਕ ਦੂਜੇ ਦੇ ਵਿੱਚ ਠੁੱਕ ਗਈਆਂ। ਗਣੀਮਤ ਰਹੀ ਕਿ ਇੱਥੇ ਵੱਡਾ ਨੁਕਸਾਨ ਹੋਣੋਂ ਟਲ ਗਿਆ। ਕਾਫਲੇ ਦੇ ਵਿੱਚ ਮੌਜੂਦ ਗੱਡੀਆਂ ਇੱਕ ਦੂਜੀ ਦੇ ਵਿੱਚ ਵੱਜੀਆਂ। ਇਸ ਕਾਫਲੇ ਦੀ ਇੱਕ ਗੱਡੀ ਦੇ ਵਿੱਚ ਸੀਐਮ ਬੈਠੇ ਹੋਏ ਸੀ। ਦੱਸ ਦਈਏ ਕਿ ਕੇਰਲ ਦੇ ਸੀਐਮ ਪਿਨਰਾਈ ਵਿਜਨ ਦਾ ਕਾਫਲਾ ਸੀ ਜੋ ਕਿ ਹਾਦਸਾ ਗ੍ਰਸਤ ਹੋਇਆ। ਇਹ ਘਟਨਾ ਉਦੋਂ ਹੋਈ ਜਦੋਂ ਸੜਕ ਤੇ ਕਾਫਲੇ ਮੂਹਰੇ ਇੱਕ ਮਹਿਲਾ ਆ ਗਈ। ਉਸਨੇ ਇੰਡੀਕੇਟਰ ਦਿੱਤਾ ਤੇ ਸਕੂਟੀ ਮੋੜ ਦਿੱਤੀ। ਕਾਫਲੇ ਦੇ ਸਭ ਤੋਂ ਅੱਗੇ ਜਾ ਰਹੀ ਗੱਡੀ ਨੇ ਅਚਾਨਕ ਬ੍ਰੇਕ ਮਾਰੀ, ਫਿਰ ਪਿੱਛੋਂ ਆ ਰਹੀਆਂ ਗੱਡੀਆਂ ਇੱਕ ਦੂਜੀ ਦੇ ਵਿੱਚ ਵੱਜੀਆਂ। ਟ੍ਰੈਫਿਕ ਦੇ ਚੱਲਦੇ ਰਫਤਾਰ ਕਾਫੀ ਹੌਲੀ ਸੀ ਜਿਸ ਕਾਰਨ ਮਾਮੂਲੀ ਨੁਕਸਾਨੀਆਂ ਗਈਆਂ ਨੇ। ਸਿਕਿਉਰਿਟੀ ਦੇ ਮੁਲਾਜ਼ਮ ਇੱਕਦਮ ਬਾਹਰ ਉਤਰੇ ਜਿਨ੍ਹਾਂ ਨੇ ਫਟਾਫਟ ਸੀਐਮ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ ਗੱਡੀਆਂ ਅੱਗੇ ਤੋਰ ਦਿੱਤੀਆਂ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੀਐਮ ਦੇ ਕਾਫਲੇ ਦਾ ਐਕਸੀਡੈਂਟ ਹੋਇਆ। ਇੱਕ ਦੂਜੇ ਦੇ ਵਿੱਚ ਠੁੱਕੀਆਂ ਨੇ। ਸਭ ਤੋਂ ਪਿੱਛੇ ਐਂਬੂਲੈਂਸ ਸੀ, ਉਹ ਵੀ ਅਗਲੀ ਗੱਡੀ ਦੇ ਵਿੱਚ ਟਕਰਾ ਗਈ। ਫਿਲਹਾਲ ਪੁਲਿਸ ਦੇ ਵੱਲੋਂ ਮਹਿਲਾ ਦੀ ਤਲਾਸ਼ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਪਰਚਾ ਵੀ ਦਰਜ ਕੀਤਾ ਗਿਆ। ਕੇਰਲ ਦੇ ਸੀਐਮ ਨੇ ਜਿਨ੍ਹਾਂ ਦਾ ਇਹ ਕਾਫਲਾ ਸੀ ਜੋ ਕਿ ਹਾਦਸਾ ਗ੍ਰਸਤ ਹੋਇਆ ਔਰ ਇੱਕ ਦੂਜੇ ਦੇ ਵਿੱਚ ਇਹ ਗੱਡੀਆਂ ਵੱਜੀਆਂ ਨੇ, ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਵੱਡੇ ਨੁਕਸਾਨ ਤੋਂ ਬਚਾ ਰਿਹਾ। ਸਿਕਿਉਰਿਟੀ ਦੇ ਮੁਲਾਜ਼ਮ ਇੱਕਦਮ ਬਾਹਰ ਉਤਰੇ ਜੋ ਸੀਐਮ ਦੀ ਗੱਡੀ ਦੇ ਕੋਲ ਚਲੇ ਗਏ ਔਰ ਉਹਨਾਂ ਦੀ ਗੱਡੀ ਨੂੰ ਅੱਗੇ ਤੋਰ ਦਿੱਤਾ। ਗਣੀਮਤ ਰਹੀ ਕਿ ਵੱਡਾ ਨੁਕਸਾਨ ਹੋਣੋਂ ਟਲ ਗਿਆ। ਮਹਿਲਾ ਨੇ ਇੱਕਦਮ ਸਕੂਟੀ ਮੋੜੀ ਜਿਸ ਦੀ ਵਜ੍ਹਾ ਦੇ ਕਰਕੇ ਸੀਐਮ ਦੇ ਕਾਫਲੇ ਦੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਭਿੜ ਗਈਆਂ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।